ਸਸ਼ਟ੍ਰੀਕਾਲ ਛੜਦੀਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਰਮਨ ਫਲਾਰ ਬਹੁਤ ਬਹੁਤ ਸਵਾਗਤ ਕਰਦੀ ਆ। ਤਾਂ ਕੁਝ ਕੁ ਦੇਰ ਦੇ ਵਿੱਚ ਵੀ ਬੀਬੀ ਜਗੀਰ ਕੌਰ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਉਣ ਵਾਲੀ ਹੈ ਜਿਸ ਦਿਨ ਕਿ ਅਟਕਲਾ ਕਾਫੀ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਸੀ ਤੇ ਤੇਜ਼ ਵੀ ਹੋ ਗਈਆਂ ਸੀ ਕਿ ਕੀ ਬੀਬੀ ਜਗੀਰ ਕੌਰ ਨੇ ਜਿਹੜੇ ਉਹ ਅਕਾਲੀ ਦਲ ਦੇ ਵਿੱਚ ਵਾਪਸੀ ਕਰਨਗੇ ਕਿਉਂਕਿ ਪਾਰਟੀ ਦੇ ਵੱਲੋਂ ਨਿਕਾਲਾ ਦਿੱਤਾ ਗਿਆ ਸੀ ਤੇ ਹਾਲਾਂਕਿ ਬੀਬੀ ਜਗੀਰ ਕੌਰ ਕਹਿੰਦੇ ਰਹਿੰਦੇ ਸੀ ਕਿ ਉਹ ਅਕਾਲੀ ਦਲ ਦੇ ਸੀ ਅਕਾਲੀ ਦਲ ਦੇ ਨੇ ਤੇ ਅਕਾਲੀ ਦਲ ਦੇ ਰਹਿਣਗੇ ਪਰ ਪਾਰਟੀ ਨੇ ਉਹਨਾਂ ਨੂੰ ਨਿਕਾਲਾ ਦੇ ਦਿੱਤਾ ਸੀ ਕਿਤੇ ਨਾ ਕਿਤੇ ਕੁਝ ਇਲਜ਼ਾਮ ਲਗਾ ਕੇ ਪਰ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਕਹਿਣਾ ਸੀ ਕਿ ਕੁਝ ਵੀ ਹੋਇਆ ਪਰ ਫੇਰ ਵੀ ਉਹ ਪਾਰਟੀ ਛੱਡ ਕੇ ਨਹੀਂ ਗਏ ਹੈਗੇ ਉਹਨਾਂ ਨੇ ਕਿਤੇ ਨਾ ਕਿਤੇ ਸੁਖਦੇਵ ਢੀਂਡਸਾ ਦਾ ਪਾਰਟੀ ਛੱਡ ਕੇ ਜਾਣਾ ਜਾਂ ਫਿਰ ਜਿਹੜੇ ਵੀ ਪਾਰਟੀ ਛੱਡ ਕੇ ਸੀਨੀਅਰ ਨੁਮਾਇੰਦੇ ਗਏ ਉਹਨਾਂ ਤੇ ਕਟਾਕਸ਼ ਕਰਦਿਆਂ ਹੋਇਆ ਕਿਹਾ ਕਿ ਮੈਂ ਹਾਲਾਂਕਿ ਪਾਰਟੀ ਨਿਕੜਤਾ ਪਰ ਮੈਂ ਪਾਰਟੀ ਦੀ ਹਾਂ ਮੈਂ ਪਾਰਟੀ ਛੱਡ ਕੇ ਨਹੀਂ ਗਈ ਹੈਗੀ ਤੇ ਦੂਸਰਾ ਪਾਸਾ ਉਹਨਾਂ ਨੇ ਇਹ ਵੀ ਦਿਖਾਇਆ ਕਿ ਹੁਣ ਵੀ ਤਾਂ ਜਿਹੜੇ ਭਾਜਪਾ ਦੇ ਨਾਲ ਜੁੜ ਕੇ ਸੁਖਦੇਵ ਢੀਂਡ ਸਾਹਿਬ ਵਾਪਸ ਆ ਰਹੇ ਨੇ ਉਹਨਾਂ ਨੂੰ ਪਾਰਟੀ ਨੇ ਘਰ ਵਾਪਸੀ ਕਰਾਈ ਹੈ ਤਾਂ ਜੇਕਰ ਉਹ ਸਤਕਾਰ ਸਹਿਤ ਸੁਖਬੀਰ ਬਾਦਲ ਵੀ ਬੁਲਾਉਂਦੇ ਨੇ ਤਾਂ ਉਹ ਜ਼ਰੂਰ ਆ ਵਾਪਸੀ ਕਰ ਸਕਦੇ ਨੇ ਇਹ ਕਿਹਾ ਜਾ ਸਕਦਾ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਤੇ ਤੁਸੀਂ ਦੇਖਿਆ ਹੋਵੇਗਾ ਸੁਖਦੇਵ ਢੀਂਸਾ ਦੀ ਜਿਵੇਂ ਘਰ ਵਾਪਸੀ ਹੁੰਦੀ ਹੈ ਤਾਂ ਸੁਖਦੇਵ ਢੀਂਸਾ ਦੇ ਨਾਲ ਜਦੋਂ ਸੁਖਬੀਰ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੈਂ ਪੂਰੇ ਆਦਰ ਦੇ ਨਾਲ ਬੀਬੀ ਜਗੀਰ ਕੌਰ ਨੂੰ ਵੀ ਕਹਿੰਦਾ ਘਰ ਵਾਪਸੀ ਕਰਨ ਦੇ ਲਈ ਤਾਂ ਇਹ ਸਾਰੇ ਮੀਡੀਆ ਚੈਨਲਾਂ ਤੇ ਇਹ ਖਬਰ ਚੱਲੀ ਤੇ ਇਹ ਜਿਹੜੀ ਜਾਣਕਾਰੀ ਆ ਉਹ ਬੀਬੀ ਜਗੀਰ ਕੌਰ ਤੱਕ ਵੀ ਪਹੁੰਚੀ ਹੋਵੇਗੀ ਸੋ ਨੇਜ਼ਰਲ ਦੀ ਗੱਲ ਹੈ ਕਿ ਸੀਨੀਅਰ ਨੁਮਾਇੰਦੇ ਨੇ ਜਿਹੜੇ ਹੁਣ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਵਾਪਸ ਆਣੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਚਾਹੇ ਉਹਨਾਂ ਦਾ ਰੁਖ ਹੈ ਜਿਹੜਾ ਭਾਜੀਪੀ ਵੱਲ ਦਾ ਹੋ ਗਿਆ ਹੋਵੇ ਤਾਂ ਹੁਣ ਦੋ ਅਟਿਕਲਾਂ ਤੇਜ਼ ਸਿਗੀਆਂ ਪਹਿਲੀ ਤਾਂ ਅਕਾਲੀਆਂ ਦੀ ਜੜੀ ਹੈ ਉਹ ਭਾਜੀਪੀ ਦੇ ਨਾਲ ਗੱਠ ਜੋੜਦੀ ਜੋ ਕਿ ਅਟਿਕਲ ਕਿਤੇ ਨਾ ਕਿਤੇ ਖਤਮ ਹੋ ਗਈ ਜਦੋਂ ਸੀਟਾਂ ਦੀ ਵੰਡ ਹੋਈ ਤੇ ਦੂਸਰੀ ਹੁਣ ਜਿਹੜੇ ਸੀਨੀਅਰ ਨੁਮਾਇੰਦਿਆਂ ਦੇ ਵਿੱਚੋਂ ਬੀਬੀ ਜਗੀਰ ਕੌਰ ਵੀ ਨੇ ਤੇ ਉਹ ਵੀ ਹੋ ਸਕਦਾ ਹੈ ਹੁਣ ਜਿਵੇਂ ਸੁਖਬੀਰ ਬਾਦਲ ਦੇ ਵੱਲੋਂ ਪੂਰੇ ਆਦਰ ਦੇ ਨਾਲ ਉਹਨਾਂ ਨੂੰ ਕਿਹਾ ਗਿਆ ਤੇ ਕੁਝ ਕੁ ਦਿਨ ਦੇ ਵਿੱਚ ਉਹਨਾਂ ਦੇ ਘਰੇ ਵੀ ਪਹੁੰਚਣ ਵਾਲੇ ਨੇ ਹੁਣ ਇਹ ਵੇਖਦੇ ਆ ਕਿ ਬੀਬੀ ਜਗੀਰ ਕੌਰ ਜਿਹੜੇ ਕਿ ਕਹਿੰਦੇ ਸੀਗੇ ਪੂਰੇ ਆਦਰ ਦੇ ਨਾਲ ਜਦੋਂ ਪਾਰਟੀ ਬੁਲਾਏਗੀ ਤਾਂ ਮੈਂ ਉਹਨਾਂ ਦੀ ਹਾਂ ਤੇ ਮੈਂ ਜ਼ਰੂਰ ਵਾਪਸੀ ਕਰਾਂਗੀ ਤੇ ਹੁਣ ਵੇਖਾਂਗੇ ਕਿ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ ਸੀ ਹੁਣ ਪੂਰੇ ਆਦਰ ਦੇ ਨਾਲ ਕਿੱਦਾਂ ਬੀਬੀ ਜਗੀਰ ਕੌਰ ਨੂੰ ਘਰ ਵਾਪਸੀ ਕਰਾਈ ਜਾਂਦੀ ਹੈ ਇਹ ਫਿਰ ਹਾਲ ਵੇਖਣ ਵਾਲਾ ਹੋਵੇਗਾ ਤੇ ਇਹ ਅਕਾਲੀ ਦਲ ਨੂੰ ਕਾਫੀ ਜ਼ਿਆਦਾ ਬਲ ਮਿਲੇਗਾ ਇਸ ਦੇ ਨਾਲ ਜਦੋਂ ਸੀਨੀਅਰ ਨੁਮਾਇੰਦੇ ਪਾਰਟੀ ਦੇ ਵਿੱਚ ਵਾਪਸ ਆਣਗੇ ਤੇ ਉਦੋਂ ਵੀ ਜਦੋਂ ਦੌਰ ਆਣ ਵਾਲਾ ਹੋਵੇ ਲੋਕ ਸਭਾ ਚੋਣਾਂ ਦਾ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਬਹੁਤ ਵੱਡੀ ਜਿਹੜੀ ਹੈ ਚੇਂਜ ਹੈ ਬਹੁਤ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਕਿ ਸੀਨੀਅਰ ਨੁਮਾਇੰਦੇ ਘਰ ਵਾਪਸੀ ਕਰ ਰਹੇ ਨੇ ਤਾਂ ਇਸ ਮਾਮਲੇ ਤੇ ਜਿਹੜੀ ਸਭ ਤੋਂ ਜ਼ਿਆਦਾ ਅਹਿਮ ਸੋਚਣ ਵਾਲੀ ਗੱਲਬਾਤ ਹੈ ਉਹ ਇਹ ਹੈ ਕਿ ਬੀਬੀ ਜਗੀਰ ਕੌਰ ਨੇ ਜੜੇ ਉਹਨਾਂ ਨੂੰ ਜਿਹੜਾ ਹੈ ਪਾਰਟੀ ਦੇ ਵਿੱਚ ਅਹੁਦਾ ਕਿਹੜਾ ਦਿੱਤਾ ਜਾਵੇਗਾ ਹਾਲਾਂਕਿ ਪਹਿਲਾਂ ਉਹਨਾਂ ਦੀਆਂ ਜੜੀਆਂ ਸੀਗੀਆਂ ਕਾਫੀ ਜ਼ਿਆਦਾ ਸਿਆਸਤ ਗਰਮਾਈ ਸੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਪਰ ਉਹ ਉਸ ਤੋਂ ਬਾਅਦ ਉਹਨਾਂ ਦਾ ਕਿਤੇ ਨਾ ਕਿਤੇ ਬਿਆਨ ਸਾਹਮਣੇ ਆਇਆ ਸੀ ਪ੍ਰਧਾਨਗੀ ਦਾ ਜਿਹੜਾ ਮਸਲਾ ਸੀ ਉਹ ਕਿਤੇ ਨਾ ਕਿਤੇ ਨਿਭੜ ਗਿਆ ਸੀ ਤੋਂ ਉਹਨਾਂ ਨੇ ਕਿਹਾ ਸੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਪ੍ਰਧਾਨਗੀ ਤੇ ਸੁਖਵੀਰ ਬਾਦਲ ਦੀ ਤੇ ਉਸ ਤੋਂ ਬਾਅਦ ਸੋਚਣ ਵਾਲਾ ਅਹਿਮ ਸਵਾਲ ਇਹ ਬੜ ਜਾਂਦਾ ਹੈ ਕਿ ਜੇਕਰ ਬੀਬੀ ਜਗੀਰ ਕੌਰ ਵਾਪਸੀ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਦਾ ਕਿਹੜਾ ਦਿੱਤਾ ਜਾਵੇਗਾ ਚਾਰ ਵਾਰ ਉਹ ਪ੍ਰਧਾਨ ਰਹਿ ਚੁੱਕੇ ਨੇ ਤੇ ਹੁਣ ਜਿਵੇਂ ਆਪਾਂ ਦੇਖੀਏ ਤਾਂ ਇਸਤਰੀ ਵਿੰਗ ਦਾ ਜਿਹੜਾ ਪ੍ਰਧਾਨ ਹੈ ਉਹ ਵੀ ਪਹਿਲਾਂ ਲਗਾਏ ਜਾ ਚੁੱਕੇ ਨੇ ਹਰਗੋਬਿੰਦਪੁਰਾ ਤਾਂ ਵੱਡੀ ਗੱਲ ਤਾਂ ਇਹ ਹੈ ਕਿ ਹੁਣ ਬੀਬੀ ਜਗੀਰ ਕੌਰ ਨੂੰ ਲੋਕ ਸਭਾ ਚੋਣਾਂ ਆ ਰਹੀਆਂ ਨੇ ਤਾਂ ਕਿਹੜੀ ਸੀਟ ਕਹਿ ਲਈਏ ਵੇ ਸਿਆਸਤ ਵੀ ਗਰਮਾਊਗੀ ਕਿਹੜੀ ਸੀਟ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਕੀ ਉਹ ਜਲੰਧਰ ਸੀਟ ਤੋਂ ਖੜੇ ਹੋਣਗੇ ਤਾਂ ਫਿਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪਾਰਟੀ ਦੇ ਵਿੱਚ ਅਹੁਦਾ ਵੀ ਬਹੁਤ ਜ਼ਿਆਦਾ ਪ੍ਰਮੁੱਖ ਹੁੰਦਾ ਹੈ ਤੇ ਕਾਦ ਹੈ ਜਿਹੜਾ ਬੀਬੀ ਜਗੀਰ ਕੌਰ ਦਾ ਸਿਆਸਤ ਦੇ ਵਿੱਚ ਉਹ ਬਹੁਤ ਵੱਡਾ ਆਕਾਲੀ ਦਲ ਦੇ ਨਾਲੋਂ ਕਾਫੀ ਦੇਰ ਤੱਕ ਉਹਨਾਂ ਨੇ ਜਿਹੜਾ ਹੈ ਸਾਥ ਦਿੱਤਾ ਸੋ ਇਹ ਸੋਚਣ ਵਾਲੀ ਗੱਲਬਾਤ ਹੋਵੇਗੀ ਕਿ ਬੀਬੀ ਜਗੀਰ ਕੌਰ ਨੂੰ ਲੋਕ ਸਭਾ ਚੋਣਾਂ ਦੀ ਜੜੀਆਂ ਆਉਣ ਵਾਲੀਆਂ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਪਾਰਟੀ ਦੇ ਵਿੱਚ ਉਹਦਾ ਕਿਹੜਾ ਦਿੱਤਾ ਜਾਵੇਗਾ ਇਹ ਸਾਰੀ ਦੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਲਾਈਵ ਤੇ ਮੌਜੂਦ ਨੇ ਵਿਰਸਾ ਸਿੰਘ ਬਟੋਹਾ ਠੀਕ ਵਿਰਸਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਆਰਮਣੂ ਪਹਿਲੀ ਤੇ ਗੱਲ ਹੈ ਕਿ ਵਿਰਸਾ ਨਹੀਂ ਕਹਿਣਾ ਠੀਕ ਹੈ ਵਿਰਸਾ ਸਿੰਘ ਨਾ ਮੇਰੇ ਦੁਆਰਾ ਗਲੁਸਟਾਰ ਠੀਕ ਹੈ ਸੋ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਵੀਰਸਾ ਸਿੰਘ ਬਲਟੋਹਾ ਜੀ ਜਰਦਿਕਲਾ ਟਾਈਮ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਜੀ ਸੱਚਕਾਂ ਹਾਂਜੀ ਜਿਵੇਂ ਕਿ ਅਟਕਲਾਂ ਚੱਲ ਰਹੀਆਂ ਸੀ ਕਿ ਬੀਬੀ ਜਗੀਰਕੌਰ ਪਾਰਟੀ ਦੇ ਵਿੱਚ ਵਾਪਸ ਆ ਰਹੇ ਨੇ ਤੇ ਸੁਖਬੀਰ ਬਾਦਲ ਦੇ ਵੱਲੋਂ ਉਹਨਾਂ ਨੂੰ ਹੁਣ ਘਰ ਵਾਪਸੀ ਕਰਾਈ ਜਾ ਰਹੀ ਹੈ ਕੁਝ ਕਚੀਰਾਂ ਦੇ ਵਿੱਚੋਂ ਘਰ ਵੀ ਜਾ ਰਹੇ ਨੇ ਉਹਨਾਂ ਦੇ ਜਿਵੇਂ ਕਿ ਬੀਬੀ ਜਗੀਰਕੌਰ ਨੇ ਕਿਹਾ ਸੀ ਤੇ ਹੁਣ ਇਹ ਦੱਸੋ ਤੁਸੀਂ ਕਿਵੇਂ ਹੈ ਕਿ ਇਹ ਜਿਹੜੀ ਪਲੈਨਿੰਗ ਹੈ ਜਿਹੜੀ ਅਟਕਲਾਂ ਚੱਲ ਰਹੀਆਂ ਨੇ ਕਿ ਕੀ ਉਹ ਜਿਵੇਂ ਉਹ ਕੀ ਉਹ ਕਹਿੰਦੇ ਨੇ ਕਿ ਮੈਂ ਤਾਂ ਸ਼ਮਨੀ ਕਾਲੀਦਲ ਦੀ ਸੀਗੀ ਹੈਗੀਆਂ ਤੇ ਰਹਿਾਂਗੀ ਹਾਲਾਂਕਿ ਇਹ ਪਾਰਟੀ ਦੇ ਵੱਲੋਂ ਉਹਨਾਂ ਨੂੰ ਨਿਕਾਲਾ ਦਿੱਤਾ ਗਿਆ ਸੀ ਤਾਂ ਅੱਜ ਦਾ ਕੀ ਪਲਾਨ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਤੇ ਬੀਬੀ ਜੀ ਦਾ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਪਹੁੰਕੇ ਪਰਿਵਾਰ ਦੇ ਮੰਜੇ ਤੇ ਬੈਠੇ ਨੇ ਇੱਕ ਪਰਿਵਾਰ ਦੀ ਦੀ ਸਭ ਤੋਂ ਖਾਸ ਗੱਲ ਤੇ ਇਹੀ ਹੁੰਦੀ ਹੈ ਕਿ ਇੱਕੇ ਮੰਜੇ ਤੇ ਬੈਠਣਾ ਤੇ ਉਹ ਅੱਜ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਪਰਿਵਾਰ ਦਾ ਮੰਜਾ ਆ ਉਹਦੇ ਉੱਤੇ ਉਹ ਭੌਂਕੇ ਜਿਹੜਾ ਆਪਦੇ ਹੱਕ ਦੇ ਨਾਲ ਬੈਠ ਰਹੇ ਨੇ ਔਰ ਨਾ ਤੇ ਮੇਰਾ ਖਿਆਲ ਉਹਨਾਂ ਨੂੰ ਪਾਰਟੀ ਤੋਂ ਦੂਰ ਜਾ ਕੇ ਚੰਗਾ ਲੱਗਾ ਹੋਣਾ ਤੇ ਨਾ ਪਾਰਟੀ ਨੂੰ ਉਹਨਾਂ ਨੂੰ ਦੂਰ ਕਰਕੇ ਜਾ ਉਹਨਾਂ ਵਿਰੁੱਧ ਕਦਮ ਚੁੱਕੇ ਚੰਗਾ ਲੱਗਾ ਸੀਗਾ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਨੇ ਕਈ ਵਾਰ ਕਦਮ ਅਜਿਹੇ ਚੁੱਕੇ ਜਾਂਦੇ ਨੇ ਤੇ ਬਹੁਤ ਵਧੀਆ ਹੈ ਕਿ ਸਤਸਿ ਵੀਰ ਸਿੰਘ ਬਾਦਲ ਹੋਰਾਂ ਦੇ ਯਤਨਾਂ ਦਾ ਸਦਕਾ ਉਹਨਾਂ ਵੱਲ ਨੂੰ ਦਿੱਤੇ ਹੋਏ ਸੱਦੇ ਦੇ ਸਦਕਾ ਜੋ ਇੱਕ ਭੌਂਕੇ ਸ਼ਰੋਮਣੀ ਕਾਲੀ ਦਲ ਦਾ ਪਰਿਵਾਰ ਜਿਹੜਾ ਸਮੁੱਚੇ ਰੂਪ ਵਿੱਚ ਇਕੱਠਾ ਹੋ ਰਿਹਾ ਹੈ ਤੇ ਪਹਿਲੋਂ ਬ੍ਰਹਮਪਰਾ ਸਾਹਿਬ ਸੀ ਬਾਅਦ ਚ ਹੁਣ ਢੀਂਸਾ ਸਾਹਿਬ ਵਰਗੀ ਸਤਿਕਾਰਤ ਹਸਤੀ ਸੌਰੀ ਤੇ ਹੁਣ ਬੀਬੀ ਜਗੀਰ ਕੌਰ ਜੀ ਉਹ ਜਿਹੜੇ ਨੇ ਅੱਜ ਉਹਕੇ ਸ਼ਰਮਣੀ ਕਾਲੀਦਰ ਦੇ ਸੱਸੂ ਵੀਰ ਸਿੰਘ ਬਾਦਲਪੁਰਾ ਦੇ ਨਾਲ ਜਿਹੜਾ ਆ ਉਹਨਾਂ ਦੇ ਜਾਣ ਦੇ ਉੱਤੇ ਪਹਿਲਾਂ ਵਾਂਗ ਜਿਹੜੀ ਆ ਸ਼ਰਮਣੀ ਕਾਲੀਦਰ ਚ ਸਰਗਰਮੀ ਆਰੰਭਣਗੇ ਸਰਗਰਮੀ ਸ਼ੁਰੂ ਕਰਨਗੇ ਹਾਂਜੀ ਔਰ ਮੇਰਾ ਖਿਆਲ ਹੈ ਕਿ ਥੋੜੇ ਸਮੇਂ ਬਾਅਦ ਹੀ ਮੇਰੀ ਜਸਟ 5 ਮਿੰਟ ਪਹਿਲਾਂ ਹੀ ਸੱਸੂ ਵੀਰ ਸਿੰਘ ਬਾਦਲਪੁਰਾ ਨਾਲ ਗੱਲ ਹੋਈ ਹੈ ਤੇ ਇਹ ਵਧਾਈ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਜੀ ਤੇ ਹੁਣ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਉਹ ਟਿਕੀਆਂ ਹੋਈਆਂ ਨੇ ਹੁਣ ਜਿਹੜਾ ਪ੍ਰਧਾਨਗੀ ਦਾ ਮਸਲਾ ਹੈ ਉਹ ਤਾਂ ਸੌਟ ਆਊਟ ਹੋ ਗਿਆ ਹੁਣ ਇਹ ਦੇਖ ਰਹੇ ਨੇ ਸਾਰੇ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਪਾਰਟੀ ਦੇ ਵਿੱਚ ਹੁਣ ਜਿਹੜਾ ਕੱਦ ਹੈ ਬੀਬੀ ਦਾ ਜਿਹੜਾ ਸਿਆਸਤ ਦੇ ਵਿੱਚ ਕੱਦ ਹੈ ਉਹ ਵੀ ਬਹੁਤ ਵੱਡਾ ਹੈ ਤੇ ਹੁਣ ਉਹਨਾਂ ਨੂੰ ਪਾਰਟੀ ਦੇ ਵੱਲੋਂ ਮਤਲਬ ਕਿਹੜਾ ਅਹੁਦਾ ਦਿੱਤਾ ਜਾਊਗਾ ਪਾਰਟੀ ਦੇ ਵਿੱਚ ਜੇਕਰ ਉਹ ਆਉਂਦੇ ਨੇ ਕਿਉਂਕਿ ਇਸਰੀ ਵਿੰਗ ਦਾ ਤਾਂ ਹੋ ਗਿਆ ਉਹ ਵੀ ਪ੍ਰਧਾਨ ਲਗਾਏ ਜਾ ਚੁੱਕੇ ਨੇ ਦੇਖੋ ਮੇਰਾ ਕਹਿ ਲੱਗੇ ਜੇ ਬੀਬੀ ਜੀ ਦਾ ਕੱਦ ਹੈ ਉਹ ਬਹੁਤ ਵੱਡਾ ਹੈ ਔਰ ਖਾਸ ਕਰਕੇ ਇੱਕ ਇਸਤਰੀ ਅਗੂ ਹੋਣ ਕਰਕੇ ਤੇ ਪਾਰਟੀ ਨੇ ਉਹਨਾਂ ਨੂੰ ਪਹਿਲਾਂ ਵੀ ਬਹੁਤ ਮਾਨ ਦਿੱਤਾ ਹੈ ਕੁਦਰਤੀ ਇਹ ਕਿ ਉਹਨਾਂ ਵਾਸਤੇ ਸਸੂ ਵੀਰ ਸਿੰਘ ਬਾਦਲ ਜਿਹੜਾ ਹੈ ਉਹਨਾਂ ਦੇ ਕਦ ਦੇ ਮੁਤਾਬਕ ਹੀ ਉਹਨਾਂ ਦੀ ਸ਼ਕਤੀ ਦੇ ਮੁਤਾਬਕ ਹੀ ਜਿਹੜਾ ਹੈ ਉਹ ਉਹਨਾਂ ਨੂੰ ਅਹੁਦਾ ਦੇ ਕੇ ਨਵਾਜਣ ਗਏ ਉਹਨਾਂ ਦੀਆਂ ਉਹ ਉਹਨਾਂ ਦੇ ਕੱਦ ਦੇ ਮੁਤਾਬਕ ਹੀ ਸਿਵਾਵਾ ਵੀ ਲੈਣਗੇ ਜੀ ਇੱਕ ਪਾਸੇ ਜਿਵੇਂ ਬੀਬੀ ਜੀ ਗੀਰ ਕੋਰਦਾ ਇਹ ਕਹਿਣਾ ਸੀਗਾ ਕਿ ਜਦੋਂ ਅਲਾਈਅੰਸ ਬੀਜੇਪੀ ਤੇ ਅਕਾਲੀ ਦਾ ਟੁੱਟਿਆ ਸੀਗਾ ਕਾਲੀ ਦਲ ਤੇ ਬੀਜੇਪੀ ਦਾ ਜਦੋਂ ਅਲਾਈਅੰਸ ਟੁੱਟਿਆ ਤਾਂ ਉਦੋਂ ਕਿਤੇ ਨਾ ਕਿਤੇ ਕਾਲੇ ਕਾਨੂੰਨਾਂ ਦੇ ਦੌਰ ਦੇ ਵਿੱਚ ਕਿ ਮੇਰੇ ਤੇ ਇਹ ਇਲਜ਼ਾਮ ਲਗਾਏ ਗਏ ਸੀਗੇ ਕਿ ਬੀਜੇਪੀ ਤੇ ਨਾਲ ਗੱਲਬਾਤ ਹੈ ਆਪਰੇਸ਼ਨ ਲਾਟਸ ਇਲਜ਼ਾਮ ਲੱਗਦੇ ਨੇ ਬੀਜੇਪੀ ਦੇ ਵੱਲੋਂ ਚਲਾਉਂਦੇ ਤੇ ਉਸ ਦੇ ਤਹਿਤ ਵੀ ਮੈਨੂੰ ਵੀ ਫੋਨ ਆਇਆ ਉਸ ਕਰਕੇ ਹੈਨਾ ਤੇ ਉਦੋਂ ਬਾਅਦ ਮਤਲਬ ਕਿ ਮੈਨੂੰ ਪਾਰਟੀ ਚੋਂ ਕੱਢ ਲਿਆ ਦਿੱਤਾ ਗਿਆ ਹਾਲਾਂਕਿ ਮੈਂ ਅਜਿਹਾ ਕੁਝ ਨਹੀਂ ਸੀ ਕੀਤਾ ਤੇ ਗੁਣਵੀ ਸੁਖਦੇਵ ਜੀ ਇਨਸਾਨੇ ਜਿਹੜੇ ਉਹ ਵੀ ਉਧਰੋਂ ਹੀ ਆਏ ਨੇ ਜਦੋਂ ਕਹਿੰਦੇ ਮੈਂ ਗੱਲਬਾਤ ਕਰ ਉਦੋਂ ਕੀਤੀ ਜਦੋਂ ਅਲਾਈਂਸ ਸੀਗਾ ਮੈਂ ਉਦੋਂ ਨਹੀਂ ਕਦੇ ਵੀ ਕੀਤੀ ਹੈਗੀ ਜਦੋਂ ਮੇਰਾ ਜਦੋਂ ਅਲਾਈਂਸ ਪਾਰਟੀ ਦਾ ਜਦੋਂ ਅਲਾਈਂਸ ਟੁੱਟਿਆ ਤਾਂ ਮੇਰਾ ਵੀ ਰਿਸ਼ਤਾ ਟੁੱਟ ਗਿਆ ਤੇ ਪਾਰਟੀ ਨੇ ਮੈਨੂੰ ਇਹ ਚੀਜ਼ ਕਰਕੇ ਪਾਰਟੀ 'ਚੋਂ ਕੱਢਲਾ ਦਿੱਤਾ ਸੀਗਾ ਜਦ ਕਿ ਮੈਂ ਜਦੋਂ ਅਲਾਈਂਸ ਟੁੱਟ ਗਿਆ ਤਾਂ ਫਿਰ ਗੱਲਬਾਤ ਨਹੀਂ ਸੀ ਕੀਤੀ ਤੇ ਹੁਣ ਸੁਖਦੇਵ ਜੀ ਇਨਸਾ ਜਿਵੇਂ ਵਾਪਸੀ ਕਰਦੇ ਨੇ ਭਾਜੀਪੀ ਦੇ ਵੱਲੋਂ ਹੋ ਕੇ ਤੇ ਸੀਟਾਂ ਵੀ ਬਣ ਦਿੱਤੀਆਂ ਜਾਂਦੀਆਂ ਤਾਂ ਹੁਣ ਗੱਠ ਜੋੜ ਤੇ ਤੁਹਾਡਾ ਕੀ ਵਿਚਾਰ ਹੈ ਉਹਨਾਂ ਵੱਲੋਂ ਕਹਿਣਾ ਹੁਣ ਵੀ ਅਸੀਂ ਇਕੱਠੇ ਠਹਿ ਰਵਾਂਗੇ ਤੇ ਜਿਵੇਂ ਕਿ ਹੁਣ ਸੁਖਦੀਪ ਚੈਂਸਾ ਨੇ ਵਾਪਸੀ ਕੀਤੀ ਹੈ ਤਾਂ ਅਸੀਂ ਹੁਣ ਇਕੱਠੇ ਹੋ ਕੇ ਇਹੀ ਅਕਾਲੀ ਦਲ ਨੂੰ ਬਲ ਦੇਵਾਂਗੇ ਤੇ ਅੱਗੇ ਵਧਾਂਗੇ ਤੇ ਹੁਣ ਗੱਠਜੋੜ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਪਹਿਲੀ ਗੱਲ ਕਿ ਜੋ ਬੀਬੀ ਜੀ ਸੰਬੰਧੀ ਕਾਰਵਾਈ ਹੋਈ ਸੀ ਜੀ ਉਹ ਨਾ ਤੇ ਗੱਠਜੋੜ ਨੂੰ ਲੈ ਕੇ ਸੀ ਨਾ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਸੀ ਤੇ ਨਾ ਕੋਈ ਕਰਕੇ ਰਾਜੀ ਸੀ ਕਿ ਜਿਹੜੀ ਡਿਸਪਲਿਨਰੀ ਕਮੇਟੀ ਸੀ ਉਹਦਾ ਮੈਂ ਵੀ ਹਿੱਸਾ ਸੀਗਾ ਜੀ ਔਰ ਸਾਡੀ ਸਾਰਿਆਂ ਦੀ ਕੋਸ਼ਿਸ਼ ਸੀ ਕਿ ਇੱਥੋਂ ਤੱਕ ਨਾ ਲਿਆ ਜਾਵੇ ਪਰ ਉਸ ਸਮੇਂ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਬੀਬੀ ਜੀ ਨੇ ਇਹ ਕਦਮ ਜਿਹੜਾ ਆ ਪ੍ਰਧਾਨਗੀ ਦੀ ਚੋਣ ਹਰ ਹਾਲਤ ਲੜਨ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਤੇ ਲੜੀ ਵੀ ਉਹਦੇ ਕਰਕੇ ਜਿਹੜਾ ਪਾਰਟੀ ਨੂੰ ਨਾਂ ਚਾਉਂਦੇ ਹਿਆ ਵੀ ਉਸ ਸਮੇਂ ਮਜਬੂਰੀ ਵਸ ਕਦਮ ਜੁਕਣਾ ਪਿਆ ਚਾਹੇ ਉਹਨੂੰ ਅ ਅਸੀਂ ਸਾਰੇ ਮਹਿਸੂਸ ਕਰਦੇ ਹਿ ਚੰਗਾ ਨਹੀਂ ਹੋਇਆ ਨਹੀਂ ਸੀ ਇਤੋਂ ਤੱਕ ਹੋਣਾ ਚਾਹੀਦਾ ਤੇ ਉਹ ਜੋ ਹੋ ਗਿਆ ਸੋ ਹੋ ਗਿਆ ਹੁਣ ਬੀਬੀ ਜੀ ਵਾਪਸੀ ਕਰ ਰਹੇ ਆ ਤੇ ਦੂਸਰੀ ਵਾਰ ਜਿਹੜੀ ਇਹ ਗੱਠਜੋੜ ਦੀ ਗੱਲ ਹੈ ਅ ਨਾ ਤੇ ਇਹ ਜੀ ਮੈਂ ਕੋਈ ਗੱਲ ਸੁਣੀ ਹੈ ਕਿ ਗੱਠਜੋੜ ਹੋ ਗਿਆ ਇਹਦਾ ਹੋ ਰਿਹਾ ਆ ਤੇ ਮੇਰੇ ਖਿਆਲ ਜਦੋਂ ਹੋ ਗਿਆ ਤੇ ਫਿਰ ਤੇ ਕੋਠੇ ਚੜ ਗਏ ਆਪਣਿਆਂ ਵੀ ਡੰਕੇ ਵਜਨੇ ਆ ਇਹ ਵਿੱਚ ਰਚਾਵਾਂ ਸੁਣਦੇ ਰਹੀ ਨੇ ਆ ਕੁਝ ਤੁਹਾਡੇ ਵੱਲੋਂ ਸੁਣਦੇ ਦੀਆਂ ਕੁਝ ਲੋਕਾਂ ਵੱਲੋਂ ਸੁਣਦੇ ਦੀਆਂ ਹਾਂਜੀ ਤੇ ਅਜੇ ਤੱਕ ਜਿਹੜਾ ਆ ਫਿਲਹਾਲ ਜਿਹੜਾ ਆ ਅੱਜ ਤੱਕ ਤੇ ਐਸੀ ਜੀ ਗੱਲ ਨਾ ਤੇ ਮੈਨੂੰ ਕੋਈ ਨਜ਼ਰ ਆਈ ਹੈ ਤੇ ਨਾ ਮੇਰੇ ਕੰਨਾਂ 'ਚ ਕੋਈ ਇਸ ਸੰਬੰਧੀ ਕੋਈ ਠੋਸ ਗੱਲ ਪਈ ਹੈ ਜੀ ਬਹੁਤ ਬਹੁਤ ਵਧੀਆ ਹੈ ਜਿਹੜਾ ਅਕਾਲੀ ਦਲ ਦੇ ਜਿਹੜੇ ਵਿਛੜੇ ਹੋਏ ਮੈਂਬਰ ਸੀਗੇ ਇੱਕ ਪਰਿਵਾਰ ਚ ਵਿਛੜੇ ਹੋਏ ਮੈਂਬਰ ਸੀਗੇ ਉਹ ਮੁੜ ਕੇ ਹੁਣ ਵਾਪਸੀ ਕਰ ਰਹੇ ਨੇ ਤੇ ਜਿਵੇਂ ਕਿ ਮਰਹੂਮ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਜੋ ਇਹ ਪਾਰਟੀ ਨੂੰ ਹੁਣ ਤਕਾਹੋ ਵੱਜਿਆ ਵੱਡਾ ਤਕਾ ਵੱਜਿਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਸਾਰੇ ਜੋ ਸੀਨੀਅਰ ਨੁਮਾਇੰਦੇ ਨੇ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਚੋਣਾਂ ਦੇ ਦੌਰ ਦੇ ਵਿੱਚ ਹੁਣ ਜਿਹੜਾ ਅਕਾਲੀ ਦਲ ਦਾ ਕਦ ਹੈ ਉਹ ਹੋਰ ਵੀ ਜ਼ਿਆਦਾ ਉੱਚਾ ਕਰਦਣਗੇ ਤੇ ਚੋਨਾ ਨੂੰ ਲੈ ਕੇ ਵੱਡਾ ਬਦਲਾਅ ਜ਼ਰੂਰ ਵੇਖਣ ਨੂੰ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਥੈਂਕ ਯੂ ਥੈਂਕ